ਸਿੱਖ ਇਤਿਹਾਸ ਦੀ ਮਹਾਨ ਗਾਥਾ। ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸਿੱਖ ਇਤਿਹਾਸ ਦੀ ਮਹਾਨ ਗਾਥਾ ਵਿੱਚ ਆਪ ਜੀ ਦਾ ਸਵਾਗਤ ਹੈ ਅਤੇ ਅੱਜ 3 ਅਪ੍ਰੈਲ ਦੀ ਸਿੱਖ ਗਾਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਾਨ ਸ਼ਖਸੀਅਤ ਅਤੇ ਉਦਾਰਤਾ ਦਾ ਪ੍ਰਤੀਕ ਹੈ। ਕਹਾਵਤ ਹੈ ਕਿ ਗਲਤੀ ਕਰਨਾ ਇਨਸਾਨ ਦਾ ਖਾਸਾ ਹੈ ਪਰ ਮੁਆਫ਼ ਕਰਨਾ ਰੱਬੀ ਗੁਣ ਹੈ, ਅਤੇ ਅੱਜ ਦੀ ਘਟਨਾ ਇਸ ਸੱਚਾਈ ਨੂੰ ਪ੍ਰਗਟ ਕਰਦੀ ਹੈ। ਘਟਨਾ ਭਾਈ ਮਾਨ ਸਿੰਘ ਜੀ ਦੀ ਸ਼ਹਾਦਤ ਬਾਰੇ ਹੈ। ਭਾਈ ਮਾਨ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਭਰਾ ਅਤੇ ਭਾਈ ਬਚਿੱਤਰ ਸਿੰਘ ਜੀ ਦੇ ਚਾਚਾ ਜੀ ਸਨ। ਆਪ ਜੀ ਨੇ ਆਨੰਦਪੁਰ ਸਾਹਿਬ ਦੀਆਂ ਸਭ ਲੜਾਈਆਂ ਵਿੱਚ ਭਾਗ ਲੈ ਕੇ ਬਹਾਦਰੀ ਦੇ ਜ਼ੋਹਰ ਵਿਖਾਏ ਸਨ ਤੇ ਫਿਰ ਸਾਕਾ ਚਮਕੌਰ ਸਾਹਿਬ ਦੇ ਸਮੇਂ ਵੀ ਆਪ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਸਨ। ਚਮਕੌਰ ਦੀ ਗੜੀ ਵਿੱਚੋਂ ਨਿਕਲਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜੇ 3 ਸਿੱਖ ਸਨ ਉਹਨਾਂ ਵਿੱਚੋਂ ਇੱਕ ਭਾਈ ਮਾਨ ਸਿੰਘ ਜੀ ਵੀ ਸਨ। ਉਹ ਹਮੇਸ਼ਾ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿੰਦੇ ਸਨ। ਜਦੋਂ ਆਗਰੇ ਤੋਂ ਗੁਰੂ ਸਾਹਿਬ ਜੀ ਦਾ ਡੇਰਾ ਮੁਗਲ ਸ਼ਹਿਨਸ਼ਾਹ ਬਹਾਦਰ ਸ਼ਾਹ ਦੇ ਡੇਰੇ ਦੇ ਨਾਲ ਹੀ ਦੱਖਣ ਵੱਲ ਨੂੰ ਜਾ ਰਿਹਾ ਸੀ ਤਾਂ ਅੱਜ ਦੇ ਦਿਨ ਸਿੱਖਾਂ ਨੇ ਮੁਗਲਾਂ ਦੁਆਰਾ ਇਕੱਠੇ ਕੀਤੇ ਗਏ ਘਾਹ ਵਿੱਚੋਂ ਕੁਝ ਭਰੀਆਂ ਆਪਣੇ ਘੋੜਿਆਂ ਵਾਸਤੇ ਲੈ ਲਈਆਂ। ਇਸ ਵਾਸਤੇ ਸਿੱਖਾਂ ਅਤੇ ਮੁਗਲਾਂ ਵਿਚਕਾਰ ਝਗੜਾ ਹੋ ਗਿਆ ਤੇ ਗੁਰੂ ਸਾਹਿਬ ਜੀ ਨੇ ਭਾਈ ਮਾਨ ਸਿੰਘ ਜੀ ਨੂੰ ਘੱਲਿਆ ਤਾਂ ਕਿ ਇਸ ਨਿਕੰਮੀ ਲੜਾਈ ਨੂੰ ਬੰਦ ਕਰਵਾ ਦੇਣ। ਜਦੋਂ ਭਾਈ ਮਾਨ ਸਿੰਘ ਜੀ ਝਗੜੇ ਵਾਲੀ ਥਾਂ ਤੇ ਪਹੁੰਚੇ ਤਾਂ ਅਚਾਨਕ ਹੀ ਇੱਕ ਮੁਸਲਮਾਨ ਨੇ ਗਲਤ ਫਹਿਮੀ ਕਾਰਨ ਕਿ ਭਾਈ ਮਾਨ ਸਿੰਘ ਜੀ ਸਿੱਖਾਂ ਦੀ ਸਹਾਇਤਾ ਕਰਨ ਵਾਸਤੇ ਆਏ ਹਨ, ਗੋਲੀ ਚਲਾ ਦਿੱਤੀ, ਜਿਹੜੀ ਭਾਈ ਸਾਹਿਬ ਜੀ ਨੂੰ ਲੱਗੀ ਤੇ ਆਪ ਜੀ ਘੋੜੇ ਤੋਂ ਡਿੱਗਦੇ ਸਾਰ ਹੀ ਸ਼ਹੀਦੀ ਪਾ ਗਏ। ਹੁਣ ਦੋਹਾਂ ਧਿਰਾਂ ਵਿਚਕਾਰ ਜੰਮ ਕੇ ਲੜਾਈ ਹੋਈ। ਮੁਗਲ ਫੌਜ ਦਾ ਬਹੁਤ ਭਾਰੀ ਨੁਕਸਾਨ ਹੋਇਆ ਅਤੇ ਮੁਗਲ ਸੈਨਾ ਨੱਸ ਗਈ। ਗੁਰੂ ਸਾਹਿਬ ਜੀ ਨੂੰ ਭਾਈ ਮਾਨ ਸਿੰਘ ਜੀ ਦੀ ਸ਼ਹੀਦੀ ਦਾ ਬਹੁਤ ਦੁੱਖ ਹੋਇਆ। ਬਹਾਦਰ ਸ਼ਾਹ ਨੇ ਸਾਰੇ ਦੋਸ਼ੀ ਮੁਸਲਮਾਨਾਂ ਨੂੰ ਗੁਰੂ ਸਾਹਿਬ ਜੀ ਦੇ ਹਵਾਲੇ ਕਰ ਦਿੱਤਾ ਅਤੇ ਕਿਹਾ ਕਿ ਇਹਨਾਂ ਨੂੰ ਜੋ ਮਰਜ਼ੀ ਸਜ਼ਾ ਦੇਵੋ, ਆਪ ਜੀ ਨੂੰ ਪੂਰਨ ਅਧਿਕਾਰ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਦੀ ਅਜ਼ਮਤ ਦੇਖੋ ਕਿ ਗੁਰੂ ਸਾਹਿਬ ਜੀ ਨੇ ਸਭ ਨੂੰ ਮਾਫ਼ ਕਰ ਦਿੱਤਾ ਅਤੇ ਛੱਡ ਦੇਣ ਵਾਸਤੇ ਕਿਹਾ ਤੇ ਸਾਰੇ ਕੈਦੀ ਛੱਡ ਦਿੱਤੇ ਗਏ। ਇਹ ਸਾਕਾ ਅੱਜ ਦੇ ਦਿਨ 3 ਅਪ੍ਰੈਲ 1708 ਈਸਵੀ ਨੂੰ ਵਾਪਰਿਆ ਸੀ। ਅੱਜ ਸਿਰਫ ਇੰਨਾ ਹੀ ਤੇ ਹੁਣ ਕੱਲ ਪੁੱਛੇ ਗਏ ਸਵਾਲ ਦਾ ਠੀਕ ਜਵਾਬ ਹੈ। ਬੀਬੀ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਲੋਧੀ ਵਿਖੇ ਹੋਇਆ ਸੀ। ਇਹ ਠੀਕ ਜਵਾਬ ਸਾਨੂੰ ਸਭ ਤੋਂ ਪਹਿਲਾਂ ਭੇਜਿਆ ਹੈ ਗੁਰਪ੍ਰੀਤ ਕੌਰ ਜੀ ਬਰਾੜ ਨੇ ਅਲਵਰ ਰਾਜਸਥਾਨ ਤੋਂ। ਇਹਨਾਂ ਦਾ ਧੰਨਵਾਦ। ਤੇ ਹੁਣ ਅੱਜ ਦਾ ਸਵਾਲ ਹੈ, ਭਾਈ ਮਾਨ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਦੇ ਕੀ ਲੱਗਦੇ ਸਨ? ਸਵਾਲ ਦਾ ਜਵਾਬ ਭੇਜਣ ਲਈ ਆਪਣੇ ਮੋਬਾਈਲ ਦੇ ਮੈਸੇਜ ਬਾਕਸ ਵਿੱਚ ਜਾ ਕੇ ਲਿਖੋ SIMG, ਫਿਰ ਆਪਣਾ ਨਾਮ ਤੇ ਜਵਾਬ ਲਿਖ ਕੇ ਸਾਨੂੰ ਭੇਜ ਦੇਵੋ 5424254 ਤੇ। ਜਿਹੜੇ ਦਰਸ਼ਕ ਦਾ ਠੀਕ ਜਵਾਬ ਸਭ ਤੋਂ ਪਹਿਲਾਂ ਪਹੁੰਚੇਗਾ ਉਹ ਹੋਵੇਗਾ ਸਾਡਾ ਵਿਜੇਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।